ਲਓ ਬਾਪੂ ਜੀ ਇਹ ਚਾਬੀਆਂ ਤੁਹਾਡੀਆਂ ਨੇ, ਮੋਟਰਾਂ ਦੀ ਵੀ ਤੁਹਾਡੇ ਕੋਲ ਨੇ, ਸਕਾਰਪੀਓ ਗੱਡੀ ਆ। ਪੈਟਰੋਲ ਪੰਪ ਦੇ ਮਾਲਕ ਨੇ ਦਿਖਾਈ ਦਰਿਆ ਦਿਲੇ, ਕੋਈ ਛੱਡ ਕੇ ਆਉਣੇ ਨੇ, ਲੈ ਕੇ ਆਉਣੇ ਨੇ ਬੱਸ ਸਟੈਂਡ ਤੋਂ, ਇਹ ਤੁਹਾਡੇ ਗੱਡੀ ਆ, ਤੁਹਾਡੀ ਚਾਬੀ ਆ, ਮੈਂ ਤੁਹਾਡਾ ਪੁੱਤਾਂ ਕਿਸਾਨਾਂ ਦਾ ਪੁੱਤ ਆ। ਕਿਸਾਨਾਂ ਨੂੰ ਦਿੱਤੀ ਨਵੀਂ ਸਕਾਰਪੀਓ ਗੱਡੀ, ਬਾਪੂ ਜੀ ਪੰਪ ਤੁਹਾਡਾ ਦਿੱਲੀ ਤੱਕ ਜਾਣਾ, ਤੇਲ ਕੇ ਬਰ ਬਰ ਕੱਲੇ ਜਗਰੂ, ਕਿਹਾ ਜਿੰਨਾ ਮਰਜ਼ੀ ਪਵਾ ਲਿਆ ਕਰੋ ਤੇਲ, ਆਹ ਪਾਏ ਕਰੋ, ਆਹ ਪੂਰੇ ਗੱਲਾਂ ਮੈਂ ਪੈਸੇ ਪਾਣੇ ਉਹ ਪਾਦੇ ਕਰੋ, ਨਹੀਂ ਨਾ ਪਾਏ ਕਰੋ। ਜੀ ਹਾਂ, ਪੈਟਰੋਲ ਪੰਪ ਦੇ ਮਾਲਕ ਦੇ ਵੱਲੋਂ ਕਿਸਾਨਾਂ ਦੇ ਲਈ ਆਪਣੇ ਦਿਲ ਦੇ ਬੂਹੇ ਖੋਲੇ ਗਏ। ਨਵੀਂ ਚਮਕਦੀ ਸਕਾਰਪੀਓ ਗੱਡੀ ਦੀਆਂ ਚਾਬੀਆਂ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਸੌਂਪੀਆਂ ਗਈਆਂ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਇੰਨਾ ਹੀ ਨਹੀਂ, ਇਸ ਪੰਪ ਦੇ ਬਾਥਰੂਮ ਤੇ ਆਰਓ ਕਿਸਾਨਾਂ ਦੇ ਲਈ ਖੋਲ ਦਿੱਤਾ ਔਰ ਕਿਸਾਨ ਇੱਥੇ ਰੋਜ਼ ਦੀ ਤਰ੍ਹਾਂ ਆਉਂਦੇ ਨੇ ਔਰ ਪ੍ਰੈਸ ਵਾਰਤਾ ਇਸ ਥਾਂ ਤੇ ਕਰਦੇ ਨੇ। ਇਸ ਕਰਕੇ ਪੈਟਰੋਲ ਪੰਪ ਦੇ ਮਾਲਕ ਦੇ ਵੱਲੋਂ ਇਹ ਦਰਿਆ ਦਿਲੀ ਦਿਖਾਈ ਗਈ, ਨਾਲ ਹੀ ਕਹਿ ਦਿੱਤਾ ਕਿ ਜੇ ਪੈਸੇ ਹੋਏ ਤਾਂ ਦੇ ਦਿਆ ਕਰੋ, ਨਹੀਂ ਨਾ ਸਹੀ। ਔਰ ਖੁਦ ਕਿਸਾਨ ਆਪਣੇ ਹੱਥਾਂ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਤੇਲ ਆਪਣੇ ਵਾਹਨਾਂ ਦੇ ਵਿੱਚ ਪਾ ਰਹੇ ਨੇ। ਖਨੌਰੀ ਬਾਰਡਰ ਦੇ ਕੋਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਇਹ ਪੰਪ ਦੇ ਮਾਲਕ ਦੇ ਵੱਲੋਂ ਕਿਸਾਨਾਂ ਦੇ ਲਈ ਦਿਲ ਦੇ ਬੂਹੇ ਖੋਲ੍ਹੇ ਗਏ ਔਰ ਕਿਸਾਨਾਂ ਨੇ ਤਹਿ ਦਿਲੋਂ ਇਸ ਪੰਪ ਦੇ ਮਾਲਕ ਦਾ ਧੰਨਵਾਦ ਕੀਤਾ। ਸੋ ਕਿਸਾਨ ਆਪਣੇ ਹੱਥਾਂ ਦੇ ਨਾਲ ਆਪਣੇ ਟਰੈਕਟਰ ਔਰ ਇਸ ਸਕਾਰਪੀਓ ਗੱਡੀ ਦੇ ਵਿੱਚ ਤੇਲ ਪਾ ਰਹੇ ਨੇ ਔਰ ਕਿਸਾਨਾਂ ਨੂੰ ਆਉਣ ਜਾਣ ਦੇ ਵਿੱਚ ਕੋਈ ਦਿੱਕਤ ਨਾ ਆਵੇ, ਇਸ ਲਈ ਪੈਟਰੋਲ ਪੰਪ ਦੇ ਮਾਲਕ ਦੇ ਵੱਲੋਂ ਨਵੀਂ ਸਕਾਰਪੀਓ ਗੱਡੀ ਇਹਨਾਂ ਕਿਸਾਨਾਂ ਦੇ ਹਵਾਲੇ ਕੀਤੀ ਗਈ, ਚਾਬੀਆਂ ਇਹਨਾਂ ਨੂੰ ਸੌਂਪ ਦਿੱਤੀਆਂ ਨੇ। ਲਓ ਬਾਪੂ ਜੀ ਇਹ ਚਾਬੀਆਂ ਤੁਹਾਡੀਆਂ ਨੇ, ਮੋਟਰਾਂ ਦੀ ਵੀ ਤੁਹਾਡੇ ਕੋਲ ਨੇ, ਸਕਾਰਪੀਓ ਗੱਡੀ ਆ, ਜਦੋਂ ਜਿੱਥੇ ਵੀ ਆਉਣਾ ਜਾਣਾ ਹੋਵੇ 10-20 ਕਿਸਾਨ ਆਉਂਦੇ ਨੇ, ਕੋਈ ਫਰੀਦਕੋਟ ਤੋਂ, ਕੋਈ ਮੁਕਤਸਰ ਤੋਂ, ਕੋਈ ਸਿੱਧੂਪੁਰ ਸਾਹਿਬ ਵਾਲੇ, ਕੋਈ ਡੱਲੇਵਾਲ ਸਾਹਿਬ ਵਾਲੇ, ਕੋਈ ਛੱਡ ਕੇ ਆਉਣੇ ਨੇ, ਲੈ ਕੇ ਆਉਣੇ ਨੇ ਬੱਸ ਸਟੈਂਡ ਤੋਂ, ਇਹ ਤੁਹਾਡੇ ਗੱਡੀ ਆ, ਤੁਹਾਡੀ ਚਾਬੀ ਆ, ਮੈਂ ਤੁਹਾਡਾ ਪੁੱਤਾਂ ਕਿਸਾਨਾਂ ਦਾ ਪੁੱਤ ਆ। ਠੀਕ ਹੈ ਜੀ, ਧੰਨਵਾਦ ਜੀ। ਵਿੰਦਰ ਸਿੰਘ ਜੀ, ਇਹਦਾ ਪੰਪ ਆ ਜੀ, ਇਹਦੀ ਗੱਡੀ ਆ, ਇਹ ਸਾਨੂੰ ਆਉਣ ਜਾਣ ਸਮਰੱਥ ਕਰੀ ਹੈ। ਖਨੌਰੀ ਆਪ ਤੇਲ ਪਾ ਲਿਆ ਕਰੋ, ਹਿਸਾਬ ਕਿਤਾਬ ਦੇਣਾ ਉਹ ਦੇ ਕਰੋ, ਨਹੀਂ ਕੋਈ ਲੋੜ ਨਹੀਂ ਤੁਹਾਡੀ। ਸਾਡੇ ਕਿਸਾਨਾਂ ਨੇ ਆਉਣਾ ਜਾਣਾ ਹੋਵੇ, ਅਸੀਂ ਇਹਦਾ ਬਹੁਤ ਧੰਨਵਾਦ ਕਰਦੇ ਵਿੰਦਰ ਬਾਈ ਦਾ, ਜਿਹੜਾ ਕਿਸਾਨਾਂ ਦੀ ਮਦਦ ਕਰਦਾ ਜੀ। ਬਾਪੂ ਜੀ ਆਰਾਮ ਨਾਲ ਜਾਣਾ, ਆਰਾਮ ਨਾਲ ਜਾਣਾ ਸਾਰਿਆਂ ਨੇ, ਕੋਈ ਕਾਹਲੀ ਨਹੀਂ ਕਰਨੀ ਕਿਸੇ ਨੇ। ਠੀਕ ਹੈ, ਆਪਣੀ ਗੱਡੀ ਆ, ਆਪਦਾ ਪੰਪ ਆ, ਤੇਲ ਪਵਾ ਕੇ ਲੈ ਜਾਇਆ ਕਰੋ। ਜਿੰਨੇ ਬੰਦੇ ਬੱਸ ਸਟੈਂਡ 'ਤੇ ਛੱਡ ਕੇ ਆਉਣੇ ਨੇ, ਕਿਸੇ ਨੇ ਫਰੀਦਕੋਟ ਜਾਣਾ ਹੋਵੇ, ਕਿਸੇ ਨੂੰ ਐਮਰਜੈਂਸੀ ਹੋਵੇ, ਆਰਾਮ ਨਾਲ ਦੱਸ ਸਕਦੇ ਹੋ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਬਜ਼ੁਰਗੋ, ਜਾਇਆ ਜੀ ਖਨੌਰੀ, ਕੋਈ ਦਿੱਕਤ ਤਾਂ ਨਹੀਂ ਹੋਈ? ਰਸਤੇ ਕਿਸੇ ਪੁਲਿਸ ਪਾਲਸ ਵਾਲਿਆਂ ਨੇ ਤੰਗ ਕੀਤਾ ਹੋਵੇ, ਕੋਈ ਹੋਰ ਕਿਸੇ ਚੀਜ਼ ਦੀ ਲੋੜ ਹੋਵੇ? ਓਕੇ, ਹੋਰ ਕਿਸੇ ਸੇਵਾ ਦੀ ਲੋੜ ਹੋਵੇ ਦੱਸਿਓ ਜੀ। ਜੀ ਅਸੀਂ ਵੀ ਤੁਹਾਡੇ ਬੱਚੇ ਹਾਂ ਜੀ, ਕਿਸਾਨਾਂ ਦੇ ਪੁੱਤ ਆ। ਬਾਪੂ ਜੀ ਪੰਪ ਤੁਹਾਡਾ ਦਿੱਲੀ ਤੱਕ ਜਾਣਾ, ਤੇਲ ਕੇ ਬਰ ਬਰ ਕੱਲੇ ਜਗਰੂ, ਆਪ ਪਾਏ ਕਰੋ, ਆਪ ਪੂਰੇ ਗੱਲਾਂ ਮੈਂ ਪੈਸੇ ਪਾਣੇ ਉਹ ਪਾਦੇ ਕਰੋ, ਨਹੀਂ ਨਾ ਪਾਏ ਕਰੋ।